ਅਸ਼ਵਨੀ ਪਾਲ ਕਹਿ ਰਿਹਾ ਸਾਡੇ ਵਿਕਟਿਮ ਨੂੰ ਕਿ ਤੇਰੀ ਨੰਗੀ ਦੀਆਂ ਪਿਕਚਰਾਂ ਹੈਗੀਆਂ, ਅਸੀਂ ਨੰਗੀ ਦੀ ਪਿਕਚਰਾਂ ਹੁਣ ਵਾਇਰਲ ਕਰ ਦੇਣੀ ਆ। ਬੰਦਾ ਵਿਆਹਿਆ ਹੋਇਆ ਉਹਦੇ ਨਾਲ ਜੋ ਮਰਜ਼ੀ ਪੁੱਠੇ ਕੰਮ ਕਰ ਲੈਣੇ ਕਰ ਲਓ, ਨੋ ਪ੍ਰੋਬਲਮ। ਤੇ ਜਿਹੜਾ ਬੰਦਾ ਨਹੀਂ ਵਿਆਹਿਆ ਹੋਇਆ, ਅਗਰ ਤੁਸੀਂ ਉਹਦੇ ਨਾਲ ਕਰਦੇ ਹੋ ਫਿਰ ਹਾਂ ਇਟਸ ਰੀਲੀ ਬੈਡ। ਮੈਨੂੰ ਮਨਜ਼ੂਰ ਆ ਕਿ ਰਾਤ ਨੂੰ ਮੈਂ ਕੁੱਤੇ ਨੂੰ ਫੜ ਕੇ ਨਾ ਜੱਫੀ ਪਾ ਕੇ ਬਹਿ ਜਾਵਾਂ। $500 ਕੌਣ ਦੂਗਾ? ਦਿਲਜੀਤ ਦੋਸਾਂਝ ਮੈਰਿਡ ਆ ਫੋਰ ਐਗਜ਼ਾਮਪਲ, ਉਹਨੇ ਤਾਂ ਕਦੇ ਓਪਨ ਹੀ ਨਹੀਂ ਦੱਸਿਆ ਕਿਸੇ ਨੂੰ ਕਿ ਆਈ ਐਮ ਮੈਰਿਡ। ਅਰਸ਼ ਪੈਨੀਪਾਲ ਦੀ ਵਾਈਫ ਨੇ ਫੋਨ ਕੀਤਾ ਕੁੜੀ ਨੂੰ, ਵਿਕਟਿਮ ਨੂੰ। ਯੈਸ, ਨਾਲ ਕਹਿੰਦੀ ਗਰਲ ਤੂੰ ਇੰਨੀ ਅਪਸੈਟ ਕਾਤੇ ਆ, ਪੈਸੇ ਕਾਤੇ ਚਾਹੁੰਦੀ ਆ ਹੁਣ, ਵੀ ਤੂੰ ਤਾਂ ਮੇਰੇ ਹਸਬੈਂਡ ਨਾਲ ਸੁੱਤੀ ਆ ਤਾਂ ਕਰਕੇ, ਐਂਡ ਤੂੰ ਉਹਨੂੰ ਪੈਸੇ ਦਿੱਤੇ ਆ ਸੌਣ ਲਏ। ਐਂਡ ਮੈਂ ਕਿਹਾ ਆਈ ਐਮ ਜਸਟ ਗੋਇੰਗ ਵਟ ਦ ਹੈਲ ਇਜ਼ ਹਿਸ ਓਨ ਵਾਈਫ ਕਾਲਿੰਗ ਹਿਮ ਅ ਪ੍ਰੋਸਟੀਟਿਊਟ। ਸੋ ਪੈਸਿਆਂ ਲਈ ਇਹ ਉਹਦੇ ਨਾਲ ਸੁੱਤਾ, ਦੈਟਸ ਵਟ ਸ਼ੀ ਇਜ਼ ਸੇਇੰਗ, ਦ ਵਾਈਫ ਇਜ਼ ਸੇਇੰਗ ਦਿਸ। ਐਂਡ ਮੈਂ ਕਿਹਾ ਚੱਲ $500 ਆ ਔਕਾਤ, $500 ਸੌਣ ਲਏ ਅਰਸ਼ ਬੇਨੀਪਾਲ ਦੇ ਨਾਲ, ਨਵੀਂ ਗੱਲ ਆ ਗਈ ਆ। ਐਂਡ ਮੈਨ ਆਈ ਵੁਡਨਟ ਗਿਵ ਅ ਪੈਨੀ, $500 ਦਾ ਲੱਗਦਾ। ਮੈਂ ਤਾਂ ਮੈਨੂੰ ਮਨਜ਼ੂਰ ਆ ਕਿ ਰਾਤ ਨੂੰ ਮੈਂ ਕੁੱਤੇ ਨੂੰ ਫੜ ਕੇ ਨਾ ਜੱਫੀ ਪਾ ਕੇ ਪੈ ਜਾਵਾਂ। $500 ਕੌਣ ਦੂਗਾ ਅਰਸ਼ ਬੇਨੀਪਾਲ ਨੂੰ ਸੌਣ ਵਾਸਤੇ ਉਹਦੇ ਨਾਲ? I know, right? Any of the in the threats it is hara. Okay, you know what else he did? He called the ex. O kuri de ex nu phone kar ditta. O ex onu phone karn lagya aya, kehnda mera ek mahine ch byah aya, and why the hell is this Arsh calling me asking for our pictures together? And yeah, Arsh kehnda bhi tuhadiyan doyan de ikatthiyan diyan picturean hegiyan ਮੈਨੂੰ ਚਾਹੀਦੀਆਂ ਆ, ਬਹੁਤ ਜ਼ਰੂਰੀ ਆ। ਲਾਈਕ ਵਟ ਦ ਹੈਲ, ਇੰਨਾ ਲੋ, ਹਾਊ ਲੋ ਕੈਨ ਯੂ ਗੋ? ਆਈ ਡੋਨਟ ਨੋ ਮੈਨ। ਤੇ ਫਿਰ ਫਿਰ ਮੁੰਡੇ ਨੇ ਕੀ ਕੀਤਾ? ਹੀ ਆਬਵੀਅਸਲੀ ਕੰਟੈਕਟਡ ਦ ਵਿਕਟਿਮ, ਰਾਈਟ, ਟੂ ਟੈਲ ਹਰ ਕਿ ਐਕਸ ਨੇ ਕੀ ਕੀਤਾ। ਉਹਨੂੰ ਕੁੜੀ ਨੂੰ ਫੋਨ ਕੀਤਾ ਨਾ, ਕਹਿੰਦਾ ਵੀ ਤੇਰਾ ਵਾਈ ਇਜ਼ ਦਿਸ ਅਰਸ਼ ਗਾਈ ਕਾਲਿੰਗ ਮੀ ਆਸਕਿੰਗ ਫਾਰ ਆਰ ਫੋਟੋਜ਼? ਵੀ ਫੋਟੋਆਂ ਕਾਹਦੇ ਪੁੱਛਦੇ ਆ, ਲਾਈਕ ਮੈਨੂੰ ਸਮਝ ਨਹੀਂ ਆਉਂਦੀ। And then she told him the whole situation, and she's like, kere pangiyan ch tu pe gayi singer de piche lag gaye, like I don't know. And fir hun onu threats aunde ya messages, oh ki kehnde ya, oh puri ya jidna tu jinu tu sab kuch dassi jandi ya, oh ta model vi nahi gi, oh lal balan wali, cuz I have red hair. Oh lal balan wali wali de naal ki laaya ya tusi? Blah blah blah, tu apne nyane da khyal rakh. She doesn't even have a kid, so pata nahi kitthon message kar kar ke udde hi boli jande ya. Fir kehnde ya bhi nudes mere ko hegiyan, nudes ya mere ko tehiyan. Actually Khomiv, me before assi nude di gal karde ha, jehde eh nyane wali gal hai, is cheez nu apan pehla clear karde ha. So jehde Arsh Bhenipal hega ya, te ohdi jo team hegi ya, ohde jehde fuddu ਮਤਲਬ ਚਮਚੇ ਜਿਹਨੇ ਜੋ ਬਾਰ ਬਾਰ ਵਿਕਟਿਮ ਨੂੰ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਹੇ, ਉਹਨੂੰ ਧਮਕਾਉਣ ਦੀ ਕੋਸ਼ਿਸ਼ ਕਰ ਰਹੇ, ਉਹਨੂੰ ਡਰਾਉਣ ਦੀ ਕੋਸ਼ਿਸ਼ ਕਰ ਰਹੇ ਕਿ ਅਗਰ ਤੂੰ ਘਰ ਤੋਂ ਬਾਹਰ ਨਿਕਲੀ ਅਸੀਂ ਤੈਨੂੰ ਇੱਦਾਂ ਕਰ ਦੇਣਾ, ਉੱਦਾਂ ਕਰ ਦੇਣਾ ਆ। ਇਹ ਜਿਹੜੇ ਕਹਿ ਰਹੇ ਨੇ ਬਾਰ ਬਾਰ ਉਹਨੂੰ ਕਹੀ ਜਾਂਦੇ ਨੇ ਕਿ ਤੂੰ ਵਿਆਹੀ ਹੋਈ ਆ ਤੇ ਤੇਰਾ ਨਿਆਣਾ ਆ। ਪਹਿਲੀ ਗੱਲ ਹੈਗੀ ਆ, ਅਸੀਂ ਵੈਰੀ ਕਲੀਅਰ ਹਾਂ, ਵਿਕਟਿਮ ਦਾ ਕਦੇ ਵਿਆਹ ਨਹੀਂ ਹੋਇਆ। ਅਗਰ ਇਹ ਵਿਆਹੀ ਹੋਈ ਆ, ਪਲੀਜ਼ ਪ੍ਰੂਫ ਲੈ ਕੇ ਆ ਜਾਓ, ਸ਼ਾਇਦ ਉਹ ਤੁਹਾਡੇ ਉਹਦੇ ਕੁੜੀ ਦੇ ਆਨੰਦ ਕਾਰਜ ਪਿਕਚਰ ਤੁਹਾਡੇ ਕੋਲ ਹੋਣਗੇ, ਕਿਉਂਕਿ ਤੁਹਾਨੂੰ ਸੱਦਿਆ ਸੀ ਸਟੂਪਿਡ। ਜਾਂ ਤੁਸੀਂ ਮਤਲਬ ਅਗਰ ਬੱਚਾ ਹੈਗਾ ਆ, ਤੁਸੀਂ ਜਾ ਕੇ ਸਾਨੂੰ ਦੱਸ ਦਿਓ ਕਿ ਬੱਚਾ ਹੈਗਾ, ਪ੍ਰੂਫ ਦੇ ਦਿਓ, ਫਿਰ ਸਾਨੂੰ ਦੱਸ ਦਿਓ ਕਿ ਇਸ ਸਕੂਲ ਦੇ ਵਿੱਚ ਬੱਚਾ ਜਾਂਦਾ ਆ, ਤੇ ਸਾਨੂੰ ਫੋਟੋ ਦੇ ਦਿਓ ਬੱਚੇ ਦੀ, ਕਿਉਂਕਿ ਅਸੀਂ ਤਾਂ ਕਦੇ ਬੱਚੇ ਨੂੰ ਮਿਲੇ ਨਹੀਂ, ਨਾ ਸਾਨੂੰ ਪਤਾ ਆ, ਨਾ ਵਿਕਟਿਮ ਨੂੰ ਪਤਾ ਕਿ ਉਹਦਾ ਬੱਚਾ ਹੈਗਾ ਆ, ਯੂ ਨੋ। ਸੋ ਆਈ ਐਮ ਸੋ ਕਨਫਿਊਜ਼ਡ ਕਿ ਪਹਿਲੀ ਗੱਲ ਇਹ ਇੱਦਾਂ ਕਿਉਂ ਕਹਿ ਰਹੇ ਨੇ, ਤੇ ਦੂਜੀ ਗੱਲ ਹੈਗੀ ਆ, ਅਗਰ ਫੋਰ ਐਗਜ਼ਾਮਪਲ ਅਗਰ ਜਿਹੜਾ ਵਿਕਟਿਮ ਆ, ਅਗਰ ਉਹ ਵਿਆਹੀ ਹੁੰਦੀ ਤਾਂ ਡਿਵੋਰਸ ਹੋਇਆ ਹੁੰਦਾ, ਅਗਰ ਉਹਦੇ ਕੋਲ ਬੱਚਾ ਵੀ ਹੁੰਦਾ, ਮੰਨ ਲੈਂਦੇ ਆ ਕਿ ਜਿੱਦਾਂ ਉਹ ਕਹਿੰਦੇ ਕਿ ਬੱਚਾ ਹੈਗਾ ਆ, ਵਾਟ ਡਿਫਰੈਂਸ ਡਜ਼ ਇਟ ਮੇਕ? ਯੂ ਨੋ ਵਟ ਆਈ ਮੀਨ? ਅਗਰ ਬੱਚਾ ਵੀ ਹੈਗਾ ਆ, ਵਿਆਹ ਵੀ ਹੋਇਆ, ਡਿਵੋਰਸ ਹੀ ਆ, ਇਹਦਾ ਮਤਲਬ ਆ ਕਿ ਅਗਰ ਤੁਸੀਂ ਪੁੱਠੇ ਕੰਮ ਉਹਦੇ ਨਾਲ ਕੀਤੇ ਆ, ਇਟਸ ਓਕੇ। ਲਾਈਕ ਸੋਰੀ, ਲੌਜਿਕ ਕਿੱਥੇ ਆ? ਇਹਦਾ ਮਤਲਬ ਆ ਕਿ ਅਗਰ ਬੰਦਾ ਵਿਆਹਿਆ ਹੋਇਆ, ਉਹਦੇ ਨਾਲ ਜੋ ਮਰਜ਼ੀ ਪੁੱਠੇ ਕੰਮ ਕਰ ਲੈਣੇ ਕਰ ਲਓ, ਨੋ ਪ੍ਰੋਬਲਮ। ਤੇ ਜਿਹੜਾ ਬੰਦਾ ਨਹੀਂ ਵਿਆਹਿਆ ਹੋਇਆ, ਅਗਰ ਤੁਸੀਂ ਉਹਦੇ ਨਾਲ ਕਰਦੇ ਹੋ, ਫਿਰ ਹਾਂ ਇਟਸ ਰੀਲੀ ਬੈਡ।
like sorry thoda dimag set ta because I don't understand nahi na to dimag hai nahi ga bilkul dimag nahi hai ga and sab to jyada status gal ki dasa ki ha if I'm really honest like loads of people oh keh rahe ne ke core movement is she the lady or victim no I am not the victim oh no core movement I'm not the victim okay there's another lady she is the victim by the way there's two victims jehda dooja victim hai ga oh chandigarh di kudi hai par oh chandigarh di kudi hade inna khol ke agge nahi aayi jadon sade kol proof confirm ho gaya assi chandigarh di victim nu vi agge thode samne pesh kar davange assi se agar bande nu pesh agge karde ha odon hi karange jadon sade kol 100% proof hovega dekho kal nu tusi mera face dekh rahe ho na ਕਿਸੇ ਦਾ ਹੋਰ ਤਾਂ ਨਹੀਂ ਜਾਣਾ ਕੁਛ ਵੀ ਜਾਂ ਕੋਰ ਮੂਵਮੈਂਟ ਤੁਸੀਂ ਉਹਨੂੰ ਖੁੱਲ ਕੇ ਤੁਹਾਡੇ ਸਾਹਮਣੇ ਆ ਕੋਰ ਮੂਵਮੈਂਟ ਉਹ ਸਭ ਮਤਲਬ ਸਬੂਤ ਇਕੱਠਾ ਕਰਕੇ ਤੁਹਾਡੇ ਸਾਹਮਣੇ ਲੈ ਕੇ ਆ ਰਹੀ ਹੈ ਮਤਲਬ ਸਾਡੇ ਦੋਨਾਂ ਨੂੰ ਤੁਸੀਂ ਜਾਣਦੇ ਹੋ ਅਗਰ ਕੁਛ ਮਾੜਾ ਹੁੰਦਾ ਕੱਲ ਨੂੰ ਤੁਸੀਂ ਸਾਨੂੰ ਹੀ ਕਹਿਣਾ ਨਾ ਕਿ ਤੁਸੀਂ ਨਾਲ ਖੜੇ ਸੀ ਸੋ ਵੀ ਹੈਵ ਟੂ ਬੀ ਸ਼ੋਰ ਦੈਟ ਵਾਟਐਵਰ ਵੀ ਆਰ ਸੇਇੰਗ ਇਜ਼ ਕਰੈਕਟ ਕਿਉਂਕਿ ਸਾਡਾ ਰੈਪਿਊਟੇਸ਼ਨ ਲਾਈਨ ਤੇ ਆ ਯਾਰ ਅਸੀਂ ਝੂਠ ਬੋਲ ਕੇ ਕਿੱਥੇ ਜਾਣਾ ਸਾਨੂੰ ਅਸੀਂ ਝੂਠ ਬੋਲ ਕੇ ਕਿੱਥੇ ਜਾਣਾ ਆ ਦੇਖੋ ਹੁਣ ਅਗਰ ਮੇਰੇ ਦਿਲ ਦੇ ਵਿੱਚ ਹਮਦਰਦੀ ਹੈਗੀ ਆ ਬਾਏ ਦ ਵੇ ਅਗਰ ਬੰਦਾ ਵੀ ਹੋਵੇ ਇਦਾਂ ਨਹੀਂ ਕਿ ਅਸੀਂ ਕੋਈ ਫੈਮਿਨਿਸਟ ਆ ਕਿ ਅਸੀਂ ਸਿਰਫ ਕੁੜੀਆਂ ਨੂੰ ਹੀ ਸਪੋਰਟ ਕਰਦੇ ਆ ਦਿਸ ਇਜ਼ ਨਾਟ ਟਰੂ ਅਗਰ ਮੇਰੇ ਕੋਲ ਬੰਦਾ ਵੀ ਆਵੇ ਨਾ ਮੈਂ ਤਾਂ ਸਿੰਗ ਮੂਵਮੈਂਟ ਵੀ ਸ਼ੁਰੂ ਕੀਤੀ ਹੋ ਆ ਕਈ ਬੰਦਿਆਂ ਵੀ ਮੈਨੂੰ ਸਟੋਰੀਆਂ ਦੱਸੀਆਂ ਆ ਸੋ ਆਈ ਪੋਸਟ ਦੋਸ ਟੂ ਯਾ ਸੋ ਦੇਰ ਇਸ ਨਾਟ ਜਸਟ ਦ ਕੋਰ ਮੂਵਮੈਂਟ ਹਾਂ ਇਟਸ ਨਾਟ ਜਸਟ ਦ ਕੋਰ ਮੂਵਮੈਂਟ ਦੇਰ ਇਸ ਆਲਸੋ ਦ ਸਿੰਗ ਮੂਵਮੈਂਟ ਐਸ ਵੈਲ ਦੇਰ ਇਸ ਟੂ ਮੂਵਮੈਂਟਸ ਕਿ ਬੰਦਿਆਂ ਵਾਸਤੇ ਵੀ ਕੁੜੀਆਂ ਵਾਸਤੇ ਵੀ ਅਸੀਂ ਕੋਈ ਵੱਡੀਆਂ ਫੈਮਿਨਿਸਟ ਨਹੀਂ ਹੈਗੀਆਂ ਕਿ ਅਸੀਂ ਮੁੰਡਿਆਂ ਦੇ ਖਿਲਾਫ ਬੋਲਦੇ ਹਾਂ ਬਿਲਕੁਲ ਵੀ ਨਹੀਂ ਵੀ ਡੋਨਟ ਡੂ ਐਨੀ ਆਫ ਦਿਸ ਤਾਂ ਕਿ ਬੰਦੇ ਇਹ ਆ ਕਿ ਅਸੀਂ ਜੋ ਵੀ ਬੰਦਾ ਵਿਕਟਿਮ ਆ ਅਸੀਂ ਵਿਕਟਿਮ ਨੂੰ ਸਪੋਰਟ ਕਰਦੇ ਹਾਂ ਵਿਕਟਿਮ ਕੋਈ ਵੀ ਹੋ ਸਕਦਾ ਹੈ ਐਗਜ਼ੈਕਟਲੀ ਸੋ ਯੂ ਨੋ ਦਿਸ ਨੀਡਸ ਟੂ ਬੀ ਵੈਰੀ ਕਲੀਅਰ ਨਾਓ ਦੇਰਸ ਬੀਨ ਅ ਲੋਟ ਆਫ ਸਪੋਰਟ ਸਪੈਸ਼ਲੀ ਆਈ ਮੀਨ ਕਮਿਟਮੈਂਟ ਤੁਸੀਂ ਵੀ ਕਹਿ ਸਕਦੇ ਹੋ ਦੱਸ ਸਕਦੇ ਹੋ ਤੁਹਾਡੇ ਐਕਸਪੀਰੀਅੰਸ ਤੋਂ ਬਟ ਜਦੋਂ ਦੀ ਆ ਸਟੋਰੀ ਬਾਹਰ ਆਈ ਆ ਨਾ ਇੰਨੇ ਲੋਕਾਂ ਨੇ ਮੈਨੂੰ ਮੈਸੇਜ ਕੀਤਾ ਮੈਨ young people jo choti umar de ne jawan vi politicians vi kai te kai bande police ton vi inne lokan ne jo position highly position lok ne inne lokan ne mainu message kita kehn paste well done of course do tan char bevkoof insaan ta zarur hon ge jo maada bolan ge you know but at the end of the day the amount of support I'm so overwhelmed yeah or trust me inne messages on there and hor proof aa janda hai hori hori hor koi jana kuch na kuch kahi janda hai bhi eh idda hai inne jane chu kidda bol sakde hai all nakre hor kise russi nu mana leya hun kehri nu agar kudi ne paise ditte ta eh ta kuch vi ho sakda mere naal vi ho sakda kal nu main kise munde nu apni family naal milawa sara kuch main ਸਾਰਿਆਂ ਦੇ ਸਾਹਮਣੇ ਆਪਾਂ ਮੈਂ ਰੋਕਾ ਵੀ ਕਰ ਲਵਾਂ ਇਸ ਤੋਂ ਬਾਅਦ ਮਤਲਬ ਕੰਫਰਮੇਸ਼ਨ ਵਾਲੀ ਚੀਜ਼ ਕੀ ਹੋ ਸਕਦੀ ਕਿ ਇਹਨਾਂ ਦਾ ਵਿਆਹ ਹੋਣ ਲੱਗਾ ਭਾਵੇਂ ਰੋਕਾ ਵੀ ਹੋ ਜਾਵੇ ਉਹ ਬੰਦਾ ਫਿਰ ਵੀ ਮੈਨੂੰ ਛੱਡ ਕੇ ਜਾ ਸਕਦਾ ਆ ਯੂ ਨੋ ਤੇ ਮੇਰੀ ਫੈਮਿਲੀ ਨੂੰ ਸਾਰਿਆਂ ਨੂੰ ਕੁੜੀ ਦੀ ਫੈਮਿਲੀ ਨੂੰ ਪਤਾ ਸੀ ਕਿ ਵਿਆਹ ਹੋਣ ਲੱਗਾ ਆ ਐਰਾ ਵਗੈਰਾ ਸਾਰੇ ਖੁਸ਼ ਸੀ ਕੁੜੀ ਨੇ ਓਬਵੀਅਸਲੀ ਉਹਨੂੰ ਪੈਸੇ ਦੇ ਦਿੱਤੇ ਕਿ ਯਾਰ ਤੂੰ ਆਪਣਾ ਬਿਜ਼ਨਸ ਚਲਾਉਣਾ ਚਾਹੁੰਦਾ ਆਪਣਾ ਸੋਰੀ ਕੰਮ ਆਪਣਾ ਤੂੰ ਅੱਛਾ ਸੋ ਬੇਸਿਕਲੀ ਅਰਸ਼ ਪੈਲੀਪਾਲ ਨੇ ਤੁਹਾਨੂੰ ਕਿਹਾ ਆ ਕਿ ਮੈਂ ਪੈਸੇ ਹੁਣ ਤੁਹਾਨੂੰ ਬਿਲਕੁਲ ਨਹੀਂ ਦੇਣੇ ਕਿਉਂਕਿ ਤੁਸੀਂ ਆਲਰੇਡੀ ਮੈਨੂੰ ਇਨਾ ਗਿਲਟੀ and you know what I'm not even going to post this up all I need you to do be banda ban jao and paise de de wapas and hun kehnda hun main oh vi nahi dene and oh dene ta nahi ge because he's like hun ta tusi mainu already inna badnaam kar ditta hai acha so basically arsh pani paal ne thonu kya hai ki main paise hun thonu bilkul nahi dene kyunki tusi already mainu oh my god pehle din jadon main video ਲਾਈ ਸੀ ਨਾ ਮੈਂ ਤੁਹਾਨੂੰ ਕੀ ਦੱਸਾਂ ਜਿੰਨਾ ਡਾਇਰੀਅਰ ਲੋਕਾਂ ਜਦੋਂ ਜਿਹੜੇ ਬੰਦੇ ਨੂੰ ਕਬਜ਼ ਹੋਈ ਹੁੰਦੀ ਹੈ ਨਾ ਮਤਲਬ ਉਹ ਵੀ ਨਹੀਂ ਉਹਨਾਂ ਜ਼ੋਰ ਲਾਉਂਦਾ ਜਿੰਨਾ ਅਰਸ਼ ਨੇ ਮੇਰੇ ਨਾਲ ਜ਼ੋਰ ਲਾ ਲਿਆ ਕਿ ਬਿਸ਼ੰਬਰ ਦਾਸ ਨੇ ਕੋ ਵੀਡੀਓ ਡਿਲੀਟ ਕਰਤੇ ਵੀਡੀਓ ਡਿਲੀਟ ਕਰਤੇ ਮੇਰੇ ਵੀਰ ਪਿੱਛੇ ਪਿਓ ਮੇਰੇ ਵੀਰ ਅਗਰ ਹਾਂ ਮੇਰੇ ਵੀਰ ਅਗਰ ਤੂੰ ਸੱਚੀ ਨਾ ਪੂਰਾ ਸੱਚਾ ਹੈ 100% ਤੇ ਤੂੰ ਸੱਚੀ ਕੁਛ ਨਹੀਂ ਕੀਤਾ ਫਿਰ ਤੂੰ ਆਪਣਾ ਨੇਮ ਕਿਉਂ ਨਹੀਂ ਕਲੀਅਰ ਕੀਤਾ ਮੈਨੂੰ ਇੰਨਾ ਜ਼ਰੂਰ ਪਤਾ ਹੈ ਕਿ ਅਗਰ ਮੇਰੇ ਸਾਹਮਣੇ ਕੋਈ ਐਵੀਡੈਂਸ ਰੱਖੂਗਾ ਨਾ ਕਿ ਬਿਸ਼ੰਬਰ ਤੂੰ ਆਹ ਦੋ ਚੀਜ਼ਾਂ ਕੀਤੀਆਂ ਨੇ ਮੈਂ ਤੁਹਾਡੇ ਸਾਹਮਣੇ ਚਾਰ ਪੀਸ ਦਾ ਐਵੀਡੈਂਸ ਰੱਖੂਗੀ ਕਿ ਐਕਚੁਅਲੀ ਆਹ ਮੈਂ ਚੀਜ਼ਾਂ ਕੀਤੀਆਂ ਸੀ ਨਾਟ ਜੋ ਤੂੰ ਕਹਿ ਰਿਹਾ ਐਗਜ਼ੈਕਟਲੀ ਵੀਰੇ ਕਿੱਥੇ ਆ ਤੂੰ ਤੂੰ ਤਾਂ ਆਪਣੇ ਲੱਡੂਆਂ ਨੂੰ ਕਿਹਾ ਹੋਇਆ ਕਿ ਹਾਂ ਇਹ ਵੀਕੇਸ਼ਨ ਤੇ ਗਿਆ ਹੋਇਆ ਕਿੱਥੇ ਵੀਕੇਸ਼ਨ ਤੇ ਗਿਆ ਹੋਇਆ ਤੂੰ ਮਤਲਬ ਇਹ ਤੇਰਾ ਆਨਸਰ ਆ ਤੇਰੀ ਇੰਨੀ ਬੇਸਿਕ ਪੂਰੇ ਪੰਜਾਬ ਦੇ ਵਿੱਚ ਹੋ ਗਈ ਤੂੰ ਸਾਰਿਆਂ ਨੂੰ ਕਹਿ ਰਿਹਾ ਕਿ ਮੈਂ ਵੀਕੇਸ਼ਨ ਤੇ ਗਿਆ ਹੋਇਆ ਓ ਆਈ ਨੋ ਐਂਡ ਨਾਟ ਇਵਨ ਦੈਟ
Yeah, he said that ਇਹ ਆਪੀ ਡਾਈ ਡਾਊਨ ਹੋ ਜਾਣਾ ਆ, ਸਾਰੇ ਚਿੱਲ ਮਾਰੋ, ਇਟਸ ਗੋਨਾ ਡਾਈ ਡਾਊਨ ਐਂਡ ਗੱਲ ਹੀ ਨਾ ਕਰੋ ਇਹਦੇ ਬਾਰੇ, ਜੇ ਮੈਂ ਕੋਈ ਰਿਸਪੌਂਸ ਨਹੀਂ ਦਊਗਾ ਆਪੀ ਹੋਰ ਕੋਈ ਟੌਪਿਕ ਸ਼ੁਰੂ ਹੋ ਜਾਣੀ ਹੈ। ਲੈ ਲਓ, ਕਿਉਂਕਿ ਤੂੰ ਬਹੁਤ ਵੱਡਾ ਪ੍ਰਧਾਨ ਮੰਤਰੀ ਆ ਮੋਦੀ ਆ, ਬਣਾ ਰਹੇ ਨੇ ਨਾ ਸਾਰਿਆਂ ਦੇ ਪਦ ਨਿਕਲਦੇ ਨੇ ਪਦ ਕੇ, ਸਾਡਾ ਨਾਮ ਬੈਚਣਾ ਆ ਜਾਵੇ, ਸਾਡਾ ਨਾਮ ਬੈਚਣਾ ਆ ਜਾਵੇ, ਪਲੀਜ਼ 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 ਸਾਡਾ ਨਾਮ ਬੈਚਣਾ ਆਵੇ। ਅਗਰ ਤੁਸੀਂ ਮਾੜੇ ਕੰਮ ਕਰਦੇ ਹੋ ਓਬਵੀਅਸਲੀ ਤਾਂ ਹੀ ਤੁਸੀਂ ਡਰਦੇ ਹੋ, ਅਗਰ ਤੁਸੀਂ ਕੁਛ ਕੀਤਾ ਹੀ ਨਹੀਂ, ਜਿੱਦਾਂ ਜਿੱਦਾਂ ਆਯੁਸ਼ ਬੈਨੀਪਾਲ ਕਹਿ ਰਿਹਾ ਸਾਡੇ ਵਿਕਟਿਮ ਨੂੰ ਕਿ ਤੇਰੀ ਨੰਗੀ ਦੀਆਂ ਪਿਕਚਰਾਂ ਹੈਗੀਆਂ, ਅਸੀਂ ਨੰਗੀ ਦੀ ਪਿਕਚਰਾਂ ਹੁਣ ਵਾਇਰਲ ਕਰ ਦੇ ਰਹੀ ਹਾਂ, ਕਿਸੇ ਚੀਜ਼ ਦਾ ਡਰ ਹੀ ਨਹੀਂ ਹੈਗਾ। ਇੱਦਾਂ ਦੀ ਪਿਕਚਰ ਕਦੇ ਵੀ ਨਹੀਂ ਆਈ, ਇੱਦਾਂ ਦੀ ਪਿਕਚਰ ਕਦੇ ਵੀ ਨਹੀਂ ਕੁੜੀ ਨੇ ਖਿੱਚੀ ਤੇ ਉਹਨੂੰ ਭੇਜੀ ਜਾਂ ਉਹਨੂੰ ਖਿੱਚਣ ਦਿੱਤੀ। ਮਤਲਬ ਇਹ ਬੰਦਾ ਇਸ ਹੱਦ ਤੱਕ ਗਿਰ ਗਿਆ, ਯੂ ਨੋ ਵਾਟ ਆਈ ਮੀਨ, ਇਸ ਹੱਦ ਤੱਕ ਬੰਦਾ ਗਿਆ, ਇਹ ਇੱਦਾਂ ਦੀ ਗੱਲਾਂ ਕਰ ਰਿਹਾ। ਸਰ ਤੁਸੀਂ ਮਤਲਬ ਪੰਜਾਬ ਦੀ ਜਨਤਾ, ਤੁਸੀਂ ਪਾਗਲ ਨਹੀਂ ਹੋ, ਸਿਆਣੇ ਹੋ, ਜਿਹਨੇ ਮੰਨਣਾ ਜਾਂ ਮੰਨੋ, ਜਿਹਨੇ ਨਹੀਂ ਮੰਨਣਾ ਨਾ ਮੰਨੋ, ਤੁਹਾਡੇ ਮੰਨਣ ਦੇ ਨਾਲ ਜਾਂ ਨਾ ਮੰਨਣ ਦੇ ਨਾਲ ਮਤਲਬ ਕੋਈ ਕੁਛ ਥੋੜੀ ਹੋਣਾ ਆ, ਮਤਲਬ ਜੋ ਹੋ ਗਿਆ ਉਹ ਤਾਂ ਹੋ ਗਿਆ। ਪਰ ਹਾਂਜੀ, ਇੰਨਾ ਜ਼ਰੂਰ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਪਲੀਜ਼ ਯਾਰ, ਅਗਰ ਰੱਬ ਨੇ ਇੰਨੀ ਮਤਲਬ ਇੰਨਾ ਦਿਮਾਗ ਬਖਸ਼ਿਆ ਹੋਇਆ, ਤੁਸੀਂ ਪਲੀਜ਼ ਥੋੜਾ ਜਿਹਾ ਯੂਜ਼ ਕਰਕੇ ਨਾ ਆਪਣੇ ਦਿਲ ਦੇ ਅੰਦਰ ਅਤੇ ਆਪਣੇ ਜ਼ਮੀਰ ਦੇ ਅੰਦਰ ਥੋੜਾ ਜਿਹਾ ਅਹਿਸਾਸ ਜਿਹੜਾ ਹੈਗਾ ਮੁੜ ਕੇ ਜਿੰਦਾ ਕਰੋ। ਅੱਜ ਕੱਲ ਜੋ ਅਹਿਸਾਸ ਹੈਗਾ ਨਾ, ਫੀਲਿੰਗ ਹੈਗੀ ਇੱਕ ਹੋਰ ਇਨਸਾਨ ਵਾਸਤੇ, ਯਾਦ ਲਿਖੀ ਜਾਂਦੇ ਹੋ ਜਿਹੜੀ ਵਿਕਟਿਮ ਜੋ ਸਾਡਾ ਲੇਟਰ ਔਨ ਯਾ ਹਾਂ, ਪਰ ਪਤਾ ਉਹਨੂੰ ਨਹੀਂ ਪਤਾ ਚੱਲੇ ਉਹ ਤੁਹਾਡੇ ਸਾਹਮਣੇ ਬੈਠਾ ਆ, ਤੁਹਾਨੂੰ ਹੱਗਸ ਕਰੀ ਜਾਂਦਾ ਨੇ, ਕਹੀ ਜਾਂਦਾ ਹੈ ਨਹੀਂ ਨਹੀਂ ਤੈਨੂੰ ਗਲਤ ਫੈਮਲੀ ਆ, ਮੈਂ ਉਹਦੇ ਨਾਲ ਡਿਵੋਰਸ ਕਰ ਲਿਆ ਆ, ਜਾਂ ਜੋ ਵੀ ਆ, ਜੇ ਇੰਨਾ ਬਕਵਾਸ ਕਰੀ ਜਾਂਦਾ ਆ, ਉਹ ਬੈਠੀ ਉਹਨੂੰ ਬਲੀਵ ਕਰੀਗੀ? ਡੋਂਟ ਟੈਲ ਮੀ ਨਨ ਆਫ ਯੂ ਗਾਇਜ਼ ਹੈਵ ਬੀਨ ਫੂਲਡ ਫਰੋਮ ਸਮਵਨ। ਬੁੱਧੂ ਤਾਂ ਕਿਸੇ ਨੇ ਕਿਸੇ ਸਾਰਿਆਂ ਨੂੰ ਕਿਸੇ ਨੇ ਬਣਾਇਆ ਹੀ ਆ। ਓਕੇ, ਯੂ ਲਰਨ ਫਰੋਮ ਯੋਰ ਮਿਸਟੇਕਸ ਐਂਡ ਯੂ ਨੋ ਵਟ, ਸ਼ੀ ਇਜ਼ ਓਨਿੰਗ ਅਪ ਟੂ ਹਰ ਮਿਸਟੇਕ। ਉਹ ਤਾਂ ਕਹਿੰਦੀ ਆ ਵੀ ਮੈਂ ਹੀ ਪਾਗਲ ਸੀਗੀ ਜਿਹੜਾ ਇਹਦੇ ਨਾਲ ਪਿਆਰ ਕਰ ਲਿਆ। ਸੋ ਯੂ ਨੋ ਵਟ, stop saying things like that, inne tusi kate kari jande ha, like support her. ਇਹ ਤਾਂ ਮੈਂ ਕਹਿ ਰਹੀ ਹਾਂ ਕਿ ਤੁਸੀਂ ਕਿਸੇ ਬਾਰੇ ਕੋਈ ਵਿਚਾਰੇ ਇਨਸਾਨ ਬਾਰੇ ਤੁਸੀਂ ਇੱਦਾਂ ਮਾੜਾ ਬੋਲ ਰਹੇ ਆ, ਕੱਲ ਨੂੰ ਤੁਹਾਡੇ ਕੋਲ ਹੀ ਇਹ ਮੁੜ ਕੇ ਚੀਜ਼ ਵਾਪਸ ਆਉਣੀ, ਕੱਲ ਨੂੰ ਤੁਹਾਡੇ ਬਾਰੇ ਕਿਸੇ ਨੇ ਮਾੜਾ ਬੋਲਣਾ ਆ। ਐਂਡ ਇਟਸ ਰੀਲੀ ਵੈਰੀ ਸੈਡ ਕਿ ਤੁਹਾਡੇ ਸਾਹਮਣੇ ਇੰਨਾ ਪ੍ਰੂਫ ਵੀ ਆ ਚੁੱਕਿਆ ਇਸ ਸਾਈਡ ਤੋਂ, ਇੰਨਾ ਪ੍ਰੂਫ ਆ ਗਏ, ਤੁਸੀਂ ਵੀਡੀਓਜ਼ ਦੇਖ ਲਈਆਂ, ਤੁਹਾਨੂੰ ਬੱਚੇ ਦੇ ਬਾਰੇ ਪਤਾ ਲੱਗ ਗਿਆ, ਤੁਹਾਨੂੰ ਇਹ ਵੀ ਪਤਾ ਲੱਗ ਗਿਆ ਕਿ ਉਹ ਮੈਰਿਡ ਸੀ ਪਰ ਕਿਸੇ ਨੂੰ ਕਦੇ ਵੀ ਨਹੀਂ ਦੱਸਿਆ। ਹੁਣ ਕਿੰਨੇ ਪੰਜਾਬੀ ਸਿੰਗਰਸ ਮੈਰਿਡ ਨੇ, ਗੀਤਾ ਜ਼ੈਲ ਦਾ ਮੈਰਿਡ ਆ ਫੋਰ ਐਗਜ਼ਾਮਪਲ, ਉਹਦਾ ਵਿਆਹ ਹੋਇਆ, ਉਹ ਕਦੇ ਕਿਸੇ ਨੂੰ ਦੱਸਿਆ ਉਹਨੇ ਕਿ ਮੈਂ ਵਿਆਹਿਆ ਹੋਇਆ? ਦਿਲਜੀਤ ਦੋਸਾਂਝ ਮੈਰਿਡ ਆ ਫੋਰ ਐਗਜ਼ਾਮਪਲ, ਉਹਨੇ ਤਾਂ ਕਦੇ ਓਪਨਲੀ ਨਹੀਂ ਦੱਸਿਆ ਕਿਸੇ ਨੂੰ ਕਿ ਆਈ ਐਮ ਮੈਰਿਡ। ਮੈਂ ਨਹੀਂ ਕਰੀ ਦਿਲਜੀਤ ਦੋਸਾਂਝ ਇਜ਼ ਮੈਰਿਡ, ਹੀ ਹੈਜ਼ ਅ ਸਨ, ਆਈ ਥਿੰਕ ਮੇਬੀ ਹੀ ਮਾਈਟ ਬੀ ਡਿਵੋਰਸਡ, ਆਈ ਐਮ ਨਾਟ ਸ਼ੋਰ, ਬਟ ਹੀ ਵਾਸ ਮੈਰਿਡ। ਦਿਸ ਇਜ਼ ਵਾਟ ਆਈ ਐਮ ਟ੍ਰਾਈਂਗ ਟੂ ਸੇ, ਇੰਨੇ ਲੋਕਾਂ ਦੇ ਵਿਆਹ ਹੋ ਚੁੱਕੇ ਨੇ, ਕੋਈ ਹਰਸਿਮਰਨ ਕੋਈ ਬੰਦਾ ਕੋਈ ਨਾਂ ਲੈ ਰਿਹਾ ਆ, ਆਈ ਡੋਟ ਨੋ ਉਹ ਕੌਣ ਆ, ਪਰ ਕਹਿੰਦੇ ਕਿ ਅਰਸ਼ ਭੈਣੀਪਾਲ ਦਾ ਕੋਈ ਫਰੈਂਡ ਆ, ਕਾਫੀ ਲੋਕਾਂ ਨੇ ਉਹਨੂੰ ਵੀ ਟੈਗ ਕੀਤਾ ਪੋਸਟ ਦੇ ਵਿੱਚ। ਮੈਨੂੰ ਇਹ ਵੀ ਪਤਾ ਲੱਗਿਆ ਕਿ ਉਹਦਾ ਵੀ ਵਿਆਹ ਹੋਇਆ, ਪਰ ਇਹ ਲੋਕ ਥੋੜੀ ਕਹਿ ਰਹੇ ਨੇ ਸੋਸ਼ਲ ਮੀਡੀਆ ਤੇ ਓਪਨਲੀ ਕਿ ਮੇਰਾ ਵਿਆਹ ਹੋ ਚੁੱਕਿਆ। ਬੱਬੂ ਮਾਨ ਇੱਥੇ ਕਹਿ ਰਹੇ ਕਿ ਇਹ ਵੀ ਮੈਰਿਡ, ਤੇ ਫੋਰ ਐਗਜ਼ਾਮਪਲ ਸਾਨੂੰ ਨਹੀਂ ਪਤਾ ਹੁੰਦਾ। ਸਰ ਇੱਦਾਂ ਥੋੜੀ ਤੁਸੀਂ ਕਹਿ ਸਕਦੇ ਹੋ ਕਿ ਮਤਲਬ ਕੁੜੀ ਨੂੰ ਪਤਾ ਸੀ ਕਿ ਉਹ ਮੈਰਿਡ ਬੰਦੇ ਦੇ ਨਾਲ ਕਿਉਂ ਗਈ। ਵੈਲ ਯੂ ਨੋ ਨਹੀਂ ਪਤਾ, ਅਗਰ ਨਹੀਂ ਪਤਾ, ਅਗਰ ਤੁਹਾਨੂੰ ਜਿਹੜਾ ਬੰਦਾ ਤੁਹਾਡੇ ਨਾਲ ਉੱਠਦਾ ਬਹਿੰਦਾ ਆ, ਯੂ ਨੋ ਅਗਰ ਉਹ ਤੁਹਾਨੂੰ ਆਪ ਨਹੀਂ ਦੱਸ ਰਿਹਾ ਕਿ ਮੇਰਾ ਵਿਆਹ ਹੋਇਆ, ਦੈਨ ਤੇ ਤੁਹਾਡੇ ਤੋਂ ਲੁਕੋ ਰਿਹਾ ਉਹ ਚੀਜ਼। ਤੇ ਅਗਰ ਜਦੋਂ ਉਹਦੀ ਘਰ ਵਾਲੀ ਘਰ ਦੇ ਵਿੱਚ ਹੁੰਦੀ ਸੀ ਨਾ, ਉਹ ਸਾ ਕੁੜੀ ਨੂੰ ਕੀ ਕਹਿੰਦਾ ਹੁੰਦਾ ਸੀ, ਵਿਕਟਿਮ ਨੂੰ ਕੀ ਕਹਿੰਦਾ ਸੀ, ਇਹ ਮੇਰੀ ਭੈਣ ਆ। ਤੇ ਜਿਹੜਾ ਉਹਦਾ ਆਪਣਾ ਛੋਟਾ ਬੱਚਾ ਹੈਗਾ, ਜੋ ਬੱਚਾ ਉਹਨੂੰ ਡੈਡੀ ਕਰ ਕਹਿੰਦਾ ਹੁੰਦਾ ਸੀ, ਉਹਨੇ ਇੱਥੋਂ ਤੱਕ ਵਿਕਟਿਮ ਨੂੰ ਦਿਲਾਸਾ ਦਿਲਾਇਆ ਹੋਇਆ ਸੀ ਕਿ ਜਿਹੜਾ ਬੱਚਾ ਆ ਨਾ, ਇਹ ਮੇਰਾ ਬੱਚਾ ਨੀ, ਇਹ ਮੇਰਾ ਭਾਣਜਾ ਆ। ਫਿਰ ਕੁੜੀ ਕਹਿੰਦੀ ਸੀ ਕਿ ਤੈਨੂੰ ਡੈਡੀ ਕਿਉਂ ਕਹਿੰਦਾ ਹੈ, ਓਬਵੀਅਸਲੀ ਇਟਸ ਵੀਅਰਡ ਕਿ ਤੈਨੂੰ ਡੈਡੀ ਕਹਿ ਰਿਹਾ। ਤੇ ਉਹਨੇ ਮੁੜ ਕੇ ਕੀ ਜਵਾਬ ਦਿੱਤਾ? ਉਹਨੇ ਮੁੜ ਕੇ ਇਹੀ ਜਵਾਬ ਦਿੱਤਾ ਕਿ ਇਹ ਤਾਂ ਹੀ ਮੈਨੂੰ ਡੈਡੀ ਕਹਿੰਦਾ ਕਿਉਂਕਿ ਇਹਦਾ ਜਿਹੜਾ ਅਸਲੀ ਪੇ ਹੈਗਾ ਉਹ ਉਹਦੀ ਮਾਂ ਨੂੰ ਛੱਡ ਕੇ ਚਲਾ ਗਿਆ, ਤੇ ਹੁਣ ਇਹਨੂੰ ਮੈਂ ਪਾਲਦਾ ਹੈ ਤਾਂ ਹੀ ਮੈਨੂੰ ਡੈਡੀ ਡੈਡੀ ਕਹਿੰਦਾ। ਬਕਵਾਸ, ਤੁਸੀਂ ਆਪ ਸੋਚੋ, ਸਿੱਖੀਏ ਇਹ ਤੋਂ, ਸਿੱਖੋ ਇੰਨੀ ਬਕਵਾਸ, ਇੰਨਾ ਝੂਠ, ਇੰਨਾ ਮਤਲਬ ਬਕਵਾਸ, ਮਤਲਬ ਤੁਸੀਂ ਇਹਦੇ ਤੋਂ ਸਿੱਖੋ, ਪੂਰਾ ਇਹ ਤੋਂ ਸਿੱਖੋ। ਹੁਣ ਦੇਖੋ, ਮੇਰਾ ਵਿਆਹ ਨਹੀਂ ਹੋਇਆ ਤਾਂ ਹੀ ਤਾਂ ਤੁਹਾਨੂੰ ਪਤਾ ਨਹੀਂ ਕਿ ਇਹਦਾ ਵਿਆਹ ਹੋਇਆ ਜਾਂ ਨਹੀਂ ਹੋਇਆ, ਕਿਉਂਕਿ ਨਹੀਂ ਹੋਇਆ। ਜਦੋਂ ਮੇਰਾ ਵਿਆਹ ਹੋਊਗਾ, ਪੂਰੀ ਵਰਲਡ ਨੂੰ ਪਤਾ ਹੋਊਗਾ ਕਿ ਹਾਂ ਵਿਸ਼ੰਬਰ ਦਾ ਵਿਆਹ ਹੋ ਗਿਆ। ਯੂ ਨੋ ਵਟ ਆਈ ਮੀਨ, ਕੋਈ ਅਗਰ ਕੋਈ ਫੀਮੇਲ ਆਰਟਿਸਟ ਹੁੰਦੀ ਆ, ਉਹ ਹਮੇਸ਼ਾ ਉਹ ਦੱਸੂਗੀ ਕਿ ਮੇਰਾ ਵਿਆਹ ਹੋ ਗਿਆ, ਪਰ ਵਾਈ ਇਜ਼ ਇਟ ਜੋ ਮੇਲ ਆਰਟਿਸਟ ਹੈਗੇ ਨੇ ਉਹੀ ਲੁਕਾਉਂਦੇ ਨੇ? ਇਟਸ ਇੰਟਰਸਟਿੰਗ, ਸੋਚਣ ਵਾਲੀ ਗੱਲ ਆ।
there's a lot of male artists that hide the fact that they're married, and lokan ki pata nahi lagna. Like, eventually people are gonna find out, if, especially if you're famous. And what kind of wife is that that is okay with that as well? Have some self-respect, and I don't know. In a way, maybe his wife will be kissing the victim.